ਹੈਲੋ एवरीवन ਹਾਂਜੀ ਵੈਲਕਮ ਟੂ ਦਾ ਟੈਟ ਬਜ਼ਰ ਅਕੈਡਮੀ ਬਠਿੰਡਾ ਬੋਹਰ ਪੰਜਾਬ ਰਿਤਿਕਾ ਮੈਮ ਇਜ਼ ਹੇਅਰ ਤੁਹਾਡੇ ਵਨ ਲਾਈਨਰ ਦੇ ਨਾਲ ਅੱਜ ਆਪਣਾ ਸੈਸ਼ਨ ਨੰਬਰ 2 ਹੈ ਤੇ ਕੱਲ ਵਾਲੇ ਲੈਕਚਰ ਨੂੰ ਵੀ ਸਭ ਨੇ ਬਹੁਤ ਸਾਰਾ ਪਿਆਰ ਦਿੱਤਾ ਤਾਂ ਸਾਰੇ ਜਣੇ ਪਲੀਜ਼ ਮੈਨੂੰ ਜ਼ਰੂਰ ਦੱਸਣਾ ਕਿ ਲਾਸਟ ਲੈਕਚਰ ਕਿੱਦਾਂ ਲੱਗਿਆ ਅੱਜ ਆਪਣਾ ਸੈਕਿੰਡ ਡੇ ਹੈ ਤਾਂ ਸਾਰੇ ਜਣੇ ਇਸ ਸੈਸ਼ਨ ਨੂੰ ਬਹੁਤ ਸਾਰਾ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤਾਂ ਕਿ ਆਪਣੇ ਸਾਇੰਸ ਦੇ ਪੀਐਸਟੈਟ ਦੇ ਸੀਟੈਟ ਦੇ ਰਿਗਾਰਡਿੰਗ ਜਿੰਨੇ ਵੀ ਐ ਐਨਸੀਆਰਟੀ ਪੋਰਸ਼ਨ ਨੂੰ ਲੈ ਕੇ ਵਨ ਲਾਈਨਰਸ ਬੰਦੇ ਆ ਜਾਂ ਜੋ ਵੀ ਤੁਹਾਡੇ ਇੰਪੋਰਟੈਂਟ ਪੁਆਇੰਟਸ ਹੈ ਉਥੇ ਆਪਾਂ ਗੱਲਬਾਤ ਕਰ ਸਕੀਏ ਅੱਜ ਦਾ ਜਿਹੜਾ ਪਹਿਲਾ ਕਿਉਂਕਿ 10 ਕੰਪਲੀਟ ਹੋ ਚੁੱਕੇ ਇੱਥੋਂ 11ਵਾਂ ਨੰਬਰ ਤੋਂ ਹੀ ਰੱਖਾਂਗੇ ਤਾਂ ਏ ਕੀ ਹੈ ਜੀ ਉਹ ਕਹਿੰਦੇ ਹਨ ਪਹਿਲਾ ਕੀ ਹੈ ਜੀ ਨੀਲੀ ਹਰੀ ਐਲਗੀ ਬੈਕਟੀਰੀਆ ਤੇ ਫੰਗਾਈ ਵਿੱਚ ਪਲਾਸਟਿਡ ਨਹੀਂ ਮਿਲਦਾ ਪਰ ਇੱਕ ਰਚਨਾ ਇੱਕ ਅਨਿਯਮਿਤ ਸ਼ਕਲ ਵਿੱਚ ਮਿਲਦੀ ਹੈ ਜਿਸ ਨੂੰ ਕੀ ਕਿਹਾ ਜਾਂਦਾ ਹੈ ਤਾਂ ਤੁਹਾਨੂੰ ਪਤਾ ਹੀ ਹੈ ਜੀ ਇਹਨੂੰ ਕੀ ਕਿਹਾ ਜਾਂਦਾ ਬੇਸਿਕਲੀ ਕਰੋਮੈਟੋਫੋਰਸ ਕੀ ਕਿਹਾ ਜਾਂਦਾ ਹੈ ਕਰੋਮੈਟੋਫੋਰਸ ਹਾਂਜੀ ਤਾਂ ਵਨ ਲਾਈਨਰ ਨੂੰ ਇਸ ਤਰੀਕੇ ਨਾਲ ਯਾਦ ਕਰੋ ਕਿ ਵਾਰੀ ਵਾਰੀ ਕਰਨਾ ਨਾ ਠੀਕ ਹੈ ਇਨ ਬਲੂ ਗ੍ਰੀਨ ਐਲਗੀ ਬੈਕਟੀਰੀਆ ਐਂਡ ਫੰਗਾਈ ਪਲਾਸਟਿਡਸ ਆਰ ਨਾਟ ਫਾਊਂਡ ਠੀਕ ਹੈ ਨਾ ਉਹ ਕਹਿੰਦੇ ਬਲੂ ਗ੍ਰੀਨ ਐਲਗੀ ਦੇ ਅੰਦਰ ਬੈਕਟੀਰੀਆ ਹੋ ਗਿਆ ਠੀਕ ਹੈ ਜੀ ਫੰਗਾਈ ਹੋ ਗਿਆ ਉਹਦੇ ਅੰਦਰ ਪਲਾਸਟਿਡ ਨਹੀਂ ਪਾਇਆ ਜਾਂਦਾ ਠੀਕ ਹੈ ਫਿਰ ਵੀ ਉਹਦਾ ਰੰਗ ਜਿਹੜਾ ਇਦਾਂ ਦਾ ਹੈ ਬਟ ਉਹਨਾਂ ਦੀ ਸ਼ੇਪਸ ਕੀ ਹੈ ਇਰੈਗੂਲਰ ਹੁੰਦੀ ਹੈ ਉਹ ਕੀ ਹੈ ਜੀ ਉਹਨੂੰ ਕੀ ਕਿਹਾ ਜਾਂਦਾ ਹੈ ਕ੍ਰੋਮੈਟੋਫੂਸ ਉਹ ਕਹਿੰਦੇ ਹਨ ਕਿਹੜਾ ਪੌਦਿਆਂ ਵਿੱਚ ਜ਼ਾਈਲਮ ਵੈਸਲਾਂ ਦੀ ਘਾਟ ਹੁੰਦੀ ਹੈ ਜ਼ਾਈਲਮ ਤੁਹਾਨੂੰ ਪਤਾ ਹੈ ਕਿ ਇੱਕ ਤਰ੍ਹਾਂ ਦਾ ਕੀ ਹੈ ਜੀ ਡੈਡ ਟਿਸ਼ੂ ਹੁੰਦਾ ਬੇਸਿਕਲੀ ਇਹਨਾਂ ਦਾ ਕੰਮ ਕੀ ਹੈ ਜੀ ਟੋਆਡੋ ਆਈਂਦਾ ਟਰਾਂਸਪੋਰਟ ਕਰਨ ਦਾ ਪਾਣੀ ਤੇ ਖਣਿਜਾਂ ਨੂੰ ਤਾਂ ਉਹ ਕਿਹੜੇ ਹੈ ਕਿਹੜੇ ਪਲਾਂਟਸ ਦੇ ਅੰਦਰ ਜ਼ਾਈਲਮ ਵੈਸਲਸ ਦੀ ਕੀ ਹੈ ਜੀ ਘਾਟ ਹੁੰਦੀ ਹੈ ਉਹ ਹੁੰਦਾ ਹੈ ਜੀ ਟੈਰੀਡੋਫਾਈਟ ਟੈਰੀਡੋਫਾਈਟਸ ਕਹ ਦੋ ਨਾਲੇ ਇੱਕ ਹੋਰ ਨਾਮ ਵੀ ਹੈ ਇਹ ਕੁਐਸਚਨ ਆ ਸਕਦਾ ਹੈ ਦੂਸਰਾ ਪੁਆਇੰਟ ਐਕਸਪੋਜ਼ਡ ਸੀਡਸ ਦੇ ਅੰਦਰ ਅਪਰੋਕਸੀਮੇਟ ਜਿਹੜਾ ਬਾਇਓ ਦੇ ਆਫੀਸ਼ੀਅਲੀ ਐਨਸੀਆਰਡੀ ਪੋਰਸ਼ਨ ਨੂੰ ਮੈਂ ਕਵਰ ਕੀਤਾ ਇਸ ਪੁਆਇੰਟ ਦੇ ਅੰਦਰ ਸਾਰਾ ਠੀਕ ਹੈ ਐਕਸਪੋਜ਼ਡ ਸੀਡ ਬਹੁਤ ਅੱਛੇ ਜੀ ਬਹੁਤ ਅੱਛੇ ਅਗਲਾ ਕੌਣ ਹੈ ਜੀ ਹੂ ਗੇਵ ਦਾ ਫਾਈਵ ਕਿੰਗਡਮ ਕਲਾਸੀਫਿਕੇਸ਼ਨ ਜਿੰਦੇ ਅੰਦਰ ਮੋਨੇਰਾ ਪਲੈਂਟ ਕਿੰਗਡਮ ਤੇ ਐਨੀਮਲ ਦੀ ਜਿਹੜੀ ਕਲਾਸੀਫਿਕੇਸ਼ਨ ਗੱਲ ਕਰ ਸਕਦੇ ਆ ਮੋਨੇਰਾ ਪ੍ਰਟੀਸਟਾ ਉਹਨਾਂ ਦੇ ਬਾਰੇ ਇੱਥੇ ਗੱਲ ਕੀਤੀ ਗਈ ਹੈ ਤਾਂ ਉਹ ਕੌਣ ਸੀ ਆਰ ਐਚ ਵਿਟਕਰ 1962 ਦੇ ਅੰਦਰ ਇਹ ਚੀਜ਼ ਹੋਈ ਸੀ ਬੇਸਿਕਲੀ ਕਲਾਸੀਫਿਕੇਸ਼ਨ ਉਹ ਕਹਿੰਦੇ ਹਨ ਡੀਐਨਏ ਅਤੇ ਆਰਐਨਏ ਵਿੱਚ ਦੋਨਾਂ ਵਿੱਚ ਕਿਹੜੀਆਂ ਅਲਕਲੀਆਂ ਪਾਈਆਂ ਜਾਂਦੀਆਂ ਹਨ ਐਡੈਨਾਈਨ ਗੁਆਨਾਈਨ ਕਲੀਅਰ ਹੋ ਗਿਆ ਆਲਾ ਪੁਆਇੰਟ ਵੀ ਸਾਰਿਆਂ ਨੂੰ 14ਵਾਂ ਕੁਐਸਚਨ ਦਾ ਵੀ ਹੋ ਗਿਆ ਹੁਣ 15ਵਾਂ ਕੁਐਸ਼ਨ ਕੀ ਹੈ ਜੀ ਲਾਈਕਨਸ ਕਿੰਦੇ ਬਨੇ ਹੁੰਦੇ ਆ ਜੀ ਲਾਈਕਨਸ ਕੀ ਹੈ ਜੀ ਕਿੰਦੇ ਬੰਦੇ ਬਨੇ ਹੁੰਦੇ ਆ ਫੰਗਾਈ ਤੇ ਐਲਗੀ ਦੇ ਇਹ ਕੁਐਸ਼ਨ ਇੰਪੋਰਟੈਂਟ ਹੈ ਔਰ ਇਹ ਆਇਆ ਹੋਇਆ ਕੁਐਸ਼ਨ ਹੈ ਜੀ ਇੰਪੋਰਟੈਂਟ ਕੁਐਸ਼ਨ ਹੈ ਔਰ ਪ੍ਰੀਵੀਅਸ ਐਗਜ਼ਾਮ ਦੇ ਵਿੱਚ ਆਇਆ ਹੋਇਆ ਹੈ ਉਹ ਕਹਿੰਦੇ ਕਿਹੜਾ ਉੱਡਣ ਵਾਲਾ ਜੀ ਪੰਛੀਆਂ ਦੀ ਸ਼੍ਰੇਣੀ ਦੇ ਵਿੱਚ ਨਹੀਂ ਆਂਦਾ ਹਾਂਜੀ ਦੱਸੋ ਬਾਟ ਮਕਾਦਰ ਜੀ ਨੂੰ ਕਹਿ ਦਿੰਨੇ ਹੋ ਤੁਸੀਂ ਕੀ ਆਏਗਾ ਬੈਟ ਬਹੁਤ ਹੀ ਅੱਛਾ ਕੁਸ਼ਨ ਹੈ ਇੰਪੋਰਟੈਂਟ ਕੁਸ਼ਨਸ ਦੇ ਵਿੱਚ ਸਾਰਵਾਂ ਕੁਸ਼ਨ ਉਹ ਕਹਿੰਦੇ ਹਨ ਅਗਲਾ ਕੁਸ਼ਨ ਹੈ ਦ ਗਰੂਪਸ ਹੂਜ਼ ਐਨੀਮਲਸ ਆਰ ਆਫਟਨ ਨਾਕਟਰ ਉਹ ਕਹਿੰਦੇ ਹਨ ਉਸ nhóm ਜਿਨ੍ਹਾਂ ਦੇ ਜਾਨਵਰ ਅਕਸਰ ਰਾਤ ਦੇ ਹੁੰਦੇ ਹਨ ਬੇਸਿਕਲੀ ਰਾਤ ਦੇ ਵਿੱਚ ਜਿਹੜਾ ਕੀ ਹੈ ਜੀ ਆਪ ਦਾ ਕੰਮ ਕਰਦੇ ਆ ਜਾਂ ਰਾਤ ਦੇ ਅੰਦਰ ਜਾਗਦੇ ਹਨ ਉਹ ਬੈਟ ਹੋ ਗਿਆ ਆਊਲ ਹੋ ਗਿਆ ਇਹ ਸਾਰੀਆਂ ਕੈਟੇਗਰੀਆਂ ਆ ਕਿਆਂ हू डिस्कवर्ड द जम्पिंग जीन जम्पिंग जीन की खोज किसने की बैरब्रा ने कि बैरब्रा ने जम्पिंग जीन अगला क्वेश्चन बड़ा इम्पॉर्टेंट क्वेश्चन है नाइनटीन्थ वाला Okay, they, okay, they, जी? अगर गाल अंदर, चलो ਅਗਲਾ ਕੌਣ ਕੀ ਹੈ ਜੀ ਵਟ ਕ Causes blue or green algae of blood in some animals of the group? mollusca group ਮੋਲਸਕਾ ਸਮੂਹ ਦੇ ਕੁਝ ਜਾਨਵਰਾਂ ਦੇ ਖੂਨ ਦੇ ਨੀਲੇ ਜਾਂ ਹਰੇ ਰੰਗ ਦਾ ਕੀ ਕਾਰਨ ਹੈ ਮਲਸਕਾ ਦੇ ਅੰਦਰ ਜਿਵੇਂ ਆਪਾਂ ਗੱਲ ਕਰੀਏ ਨਾ ਜਿਵੇਂ ਆਪਾਂ ਇਹ ਅੰਦਰ ਕੀ ਹੈ ਹਮੋਗਲੋਬਿਨ ਪਾਇਆ ਜਾਂਦਾ ਹੈ ਜਿੰਦੇ ਕਰਕੇ ਆਪਣਾ ਰੰਗ ਰੈੱਡ ਹੁੰਦਾ ਹੈ ਇਹਨਾਂ ਦੇ ਅੰਦਰ ਕੀ ਪਾਇਆ ਜਾਂਦਾ ਹੈ ਹਮੋਇਓਸਾਈਨਿਨ ਠੀਕ ਹੈ ਜਿੰਦੇ ਕਰਕੇ ਇਹਨਾਂ ਦੇ ਜਿਹੜੇ ਖੂਨ ਦਾ ਰੰਗ ਹੈ ਉਹ ਬਲੂ ਤੇ ਗ੍ਰੀਨ ਐਲ ਕਲਰ ਦਾ ਹੁੰਦਾ ਠੀਕ ਹੈ ਜੀ ਕਈ ਜਗ੍ਹਾ ਤੇ ਐਮ ਐਮ ਵੀ ਸਪੈਲਿੰਗ ਲਿਖੀ ਹੋਏਗੀ ਹੈਮੋਸਾਈਨ ਤਾਂ ਉਮੀਦ ਕਰਦੀਆਂ ਜੇ ਅੱਜ ਦੇ ਆਪਣੇ 10 ਵਨ ਲਾਈਨਰ ਤੁਹਾਡੇ ਲਈ ਹੈਲਪਫੁਲ ਰਹੇ ਹੋਣਗੇ ਠੀਕ ਹੈ ਜੀ ਇਦਾਂ ਦੇ ਰੋਜ਼ ਐਨਸੀਆਰਟੀ ਕਵਰੇਜ ਨੂੰ ਹਾਂ ਦੇਖੋ ਅਗਲਾ ਮੈਂ ਪਹਿਲਾਂ ਹੀ ਕਰਕੇ ਬੈਠੀ ਆਂ ਥਰਡ ਇਹ ਰੋਜ਼ ਦਾ ਤੁਹਾਡਾ ਇਦਾਂ ਹੀ ਵਨ ਲਾਈਨ ਰਹਿ ਦੇਖੋ ਬਹੁਤ ਸਾਰੇ ਕੁਸ਼ਚਨ ਰੋਜ਼ ਦੇ ਸ਼ਾਰਟ ਫਾਰਮ ਦੇ ਵਿੱਚ ਕਰਨ ਨਾਲ ਕੀ ਹੁੰਦਾ ਹੈ ਜੀ ਕਿ ਤੁਹਾਡਾ ਰੁਟੀਨ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਲਰਨ ਹੋ ਜਾਂਦੀਆਂ ਤਾਂ ਉਮੀਦ ਕਰਦੀ ਹਾਂ ਅੱਜ ਦਾ ਸੈਸ਼ਨ ਸਭ ਨੂੰ ਵਧੀਆ ਲੱਗਿਆ ਹੋਵੇਗਾ ਤੇ ਮਿਲਦੇ ਆਪਾਂ ਨੈਕਸਟ ਸੈਸ਼ਨ ਦੇ ਵਿੱਚ ਸੇਮ ਟਾਈਮਿੰਗ ਸਾਡੇ 6 ਵਜੇ ਓਕੇ ਜੀ